ਸੱਜਣੋ, ਇੱਕ ਪਾਸੇ ਸਰਕਾਰ ਲਗਾਤਾਰ ਗੱਲਬਾਤ ਦਾ ਦੌਰ ਸ਼ੁਰੂ ਕਰ ਰਹੀ ਹੈ ਔਰ ਕਹਿ ਰਹੀ ਹੈ ਕਿ ਗੱਲਬਾਤ ਲਈ ਦਰਵਾਜ਼ਾ ਖੋਲ੍ਹ ਕੇ ਰੱਖੋ, ਗੱਲਬਾਤ ਚੱਲਦੀ ਰਹੇ, ਔਰ ਕਿਸਾਨ ਬਿਲਕੁਲ ਪੋਜ਼ਿਟਿਵ ਨੇ, ਅੰਦੋਲਨਕਾਰੀ ਬਿਲਕੁਲ ਪੋਜ਼ਿਟਿਵ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਗੱਲਬਾਤ ਕਰਦੇ ਰਹਾਂਗੇ ਔਰ ਕਦੇ ਵੀ ਕਿਸਾਨ ਗੱਲਬਾਤ ਤੋਂ ਨਾ ਭੱਜਿਆ ਨਾ ਭੱਜੇਗਾ। ਪਰੰਤੂ ਸਮਝ ਨਹੀਂ ਆ ਰਹੀ, ਬੜੇ ਸਿਤਮ ਦੀ ਗੱਲ ਹੈ, ਬੜੀ ਹੈਰਾਨੀ ਦੀ ਗੱਲ ਹੈ, ਇਹ ਜ਼ਿੰਦਗੀ ਚ ਕਦੇ ਨਹੀਂ ਹੋਇਆ ਕਿ ਇੱਕ ਪਾਸੇ ਗੱਲਬਾਤ ਦਾ ਦੌਰ ਚੱਲਦਾ ਹੋਵੇ ਤੇ ਦੂਜੇ ਪਾਸੇ ਸਰਕਾਰ ਦਹਿਸ਼ਤ ਫੈਲਾ ਰਹੀ ਹੋਵੇ। ਹਰਿਆਣੇ ਦੇ ਅੰਦਰ ਖੱਟਰ ਸਰਕਾਰ ਜੋ ਕੁਛ ਕਰ ਰਹੀ ਹੈ ਇਸ ਵੇਲੇ ਲੋਕਾਂ ਦੇ ਨਾਲ, ਇਹ ਬੜਾ ਮੰਦਭਾਗਾ ਤੇ ਨਿੰਦਣਯੋਗ ਹੈ। ਦੇਖੋ, ਅੰਦੋਲਨ ਹੁੰਦੇ ਰਹੇ ਨੇ, ਅਸੀਂ ਲੋਕਤੰਤਰਕ ਦੇਸ਼ ਦੇ ਵਿੱਚ ਵਸਦੇ ਹਾਂ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਰੋਜ਼ ਹੋਕਾ ਦਿੰਦੇ ਨੇ ਕਿ ਦੁਨੀਆਂ ਦਾ ਸਭਸੇ ਬੜਾ ਲੋਕਤੰਤਰ ਭਾਰਤ। ਅਗਰ ਲੋਕਤੰਤਰ ਬੜਾ ਹੈ ਤਾਂ ਫਿਰ ਜੋ ਲੋਕ ਆਪਣੀ ਗੱਲ ਕਹਿਣ ਆ ਰਹੇ ਨੇ, ਪਹਿਲਾਂ ਤਾਂ ਇਹਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਕਹਿਣ ਕੀ ਆ ਰਹੇ ਹਾਂ, ਸਾਡੀਆਂ ਮੰਗਾਂ ਨਹੀਂ ਮਾਣਯੋਗ ਪ੍ਰਧਾਨ ਮੰਤਰੀ ਜੀ, ਸਾਡੀਆਂ ਮੰਗਾਂ ਨਹੀਂ ਹੈ, ਇਹ ਤੁਹਾਡੀਆਂ ਸਾਡੇ ਨਾਲ ਕੀਤੀਆਂ ਹੋਈਆਂ ਕਮਿਟਮੈਂਟਸ ਨੇ, ਵਾਅਦੇ ਨੇ। ਤੁਸੀਂ ਕੀ ਅੰਦੋਲਨ ਦੇ ਦੌਰਾਨ ਵਾਅਦਾ ਨਹੀਂ ਕੀਤਾ ਸਾਡੇ ਨਾਲ ਕਿ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ? ਵਾਅਦਾ ਨਹੀਂ ਕੀਤਾ ਤੁਸੀਂ ਸਾਡੇ ਨਾਲ ਕਿ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ? ਕੀ ਵਾਅਦਾ ਨਹੀਂ ਕੀਤਾ ਸਰਕਾਰ ਨੇ ਕਿ ਸਾਰੇ ਕੇਸ ਵਾਪਸ ਲਵਾਂਗੇ? ਕੀ ਵਾਅਦਾ ਨਹੀਂ ਕੀਤਾ ਸਰਕਾਰ ਨੇ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਾਂਗੇ, ਨੌਕਰੀਆਂ ਦੇਵਾਂਗੇ? ਕੀ ਇਹ ਵਾਅਦਾ ਨਹੀਂ ਕੀਤਾ ਕਿ ਲਖੀਮਪੁਰ ਦੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ 10-10 ਲੱਖ ਰੁਪਈਆ ਮੁਆਵਜ਼ਾ ਦੇਵਾਂਗੇ, ਔਰ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ? ਔਰ ਇਦੋਂ ਵੀ ਕਹਾ ਕੀ 2018 ਦੇ ਵਿੱਚ ਇਸੇ ਸਰਕਾਰ ਨੇ ਲਿਖਤ ਦੇ ਵਿੱਚ ਵਾਅਦਾ ਨਹੀਂ ਕੀਤਾ ਸਾਡੇ ਨਾਲ ਕਿ ਤੁਹਾਨੂੰ ਅਸੀਂ 3 ਮਹੀਨਿਆਂ ਦੇ ਵਿੱਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇਵਾਂਗੇ? ਇਦੋਂ ਵੀ ਅੱਗੇ ਜਿਹੜੀ ਅਸੀਂ ਕਮੇਟੀ ਦੀ ਜਿਹੜੀ ਅਸੀਂ ਗੱਲ ਕਰ ਰਹੇ MSP ਦੀ ਗਰੰਟੀ ਦੇ ਕਾਨੂੰਨ ਦੀ, ਇਹੀ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਜਿਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਦੂਸਰੇ ਪਾਸੇ ਕੰਜ਼ੂਮਰ ਅਫੇਅਰ ਕਮੇਟੀ ਦੇ ਚੇਅਰਮੈਨ ਸੀ, ਉਸ ਵੇਲੇ ਦੀ ਰਿਪੋਰਟ ਪਈ ਹੈ ਤੁਹਾਡੇ ਹੀ ਹੱਥਾਂ ਵੀ ਕਿ ਕਿਸਾਨਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਦੇਵੇ ਸਰਕਾਰ। ਹੁਣ ਜੇ ਤੁਹਾਡੇ ਹੀ ਹੱਥਾਂ ਦੀ ਰਿਪੋਰਟ ਹੈ ਤੇ ਤੁਹਾਡੀ ਅੱਜ ਸਰਕਾਰ ਹੈ, ਤੁਸੀਂ ਅੱਜ ਮਾਲਕ ਹੋ, ਕਿਉਂ ਨਹੀਂ ਲਾਗੂ ਹੋ ਰਹੀ ਜੀ ਇਹ? ਸੋ ਇਹ ਗੱਲਾਂ ਜਿਹੜੀਆਂ ਤੁਸੀਂ ਅਸੀਂ ਮੰਗ ਰਹੇ ਹਾਂ, ਜਿਹੜੀਆਂ ਅਸੀਂ ਕਹਿ ਰਹੇ ਹਾਂ, ਤੁਹਾਡੀ ਕਮਿਟਮੈਂਟ ਹੈ ਸਾਡੇ ਨਾਲ, ਤੁਸੀਂ ਕਮਿਟਮੈਂਟ ਕੀਤੀ ਵੱਖ ਵੱਖ ਜਲਸਿਆਂ ਚ ਜਾ ਕੇ, ਮੁਜ਼ਾਹਰਿਆਂ ਚ ਜਾ ਕੇ ਕਿ ਕਿਸਾਨਾਂ ਦਾ ਸੰਪੂਰਨ ਕਰਜ਼ ਮੁਕਤ ਕਰਾਂਗੇ, ਲੇਕਿਨ ਫਿਰ ਵੀ ਅੱਜ ਜੇ ਉਹ ਗੱਲਾਂ ਕਿਸਾਨਾਂ ਨੇ ਵੱਖ ਵੱਖ ਮੰਗ ਪੱਤਰਾਂ ਦੇ ਰਾਹੀਂ ਤੁਹਾਨੂੰ ਯਾਦ ਕਰਾਈਆਂ ਨਹੀਂ ਸੁਣੀਆਂ ਤੁਸੀਂ, ਅੱਜ ਮਜਬੂਰੀ ਵੱਸ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨਾ ਪੈ ਰਿਹਾ। ਕਿਉਂ? ਕਿਉਂਕਿ ਭਾਈ ਸਰਕਾਰ ਜਾਣ ਵਾਲੀ ਹੈ, ਕਿਤੇ ਇਹ ਨਾ ਹੋਵੇ ਕਿ ਸਾਡੀ ਜਿਹੜੀ ਮੰਗ ਹੀ ਰੁਲ ਜਾਂਦੀ ਹੋਵੇ। ਪਰ ਫਿਰ ਵੀ ਇਹਨਾਂ ਹਾਲਾਤਾਂ ਚ ਅਸੀਂ ਆਪਦੀ ਗੱਲ ਲੈ ਕੇ ਆ ਰਹੇ ਹਾਂ ਤੇ ਡਰ ਕਿਸ ਗੱਲ ਦਾ ਸਰਕਾਰ ਨੂੰ? ਐਡੀ ਬੈਰੀਕੇਟਿੰਗ ਕਰਨੀ ਸ਼ੁਰੂ ਕਰ ਲਈ, ਇਹਦਾ ਮਤਲਬ ਕੀ? ਲੋਕਤੰਤਰ ਹੈ? ਅਗਰ ਲੋਕਤੰਤਰ ਹੈ ਤਾਂ ਸਾਨੂੰ ਆਪਦੀ ਸਰਕਾਰ ਤੱਕ, ਆਪਦੀ ਰਾਜਧਾਨੀ ਤੱਕ ਜਾ ਕੇ ਗੱਲ ਰੱਖਣ ਦਾ ਮੌਕਾ ਵੀ ਨਹੀਂ ਮਿਲੇਗਾ? ਇਹ ਕਿਹੜਾ ਲੋਕਤੰਤਰ ਹੈ ਜੀ ਇਹ? ਸੋ ਇੱਕ ਪਾਸੇ ਗੱਲਬਾਤ ਦਾ ਦੌਰ ਚੱਲ ਰਿਹਾ, ਦੂਜੇ ਪਾਸੇ ਤੁਸੀਂ ਲੋਕਾਂ ਦੇ ਦਹਿਸ਼ਤ ਇਹ ਫੈਲਾ ਰਹੇ ਹੋ ਕਿ ਜੇ ਤੁਸੀਂ ਸੜਕਾਂ ਤੇ ਜਾਂਦੇ ਹੋ ਉੱਥੇ ਕੋਈ ਨੁਕਸਾਨ ਹੋਇਆ, ਤੁਹਾਡੀ ਪ੍ਰੋਪਰਟੀ ਅਟੈਚ ਕਰਕੇ ਪ੍ਰੋਪਰਟੀ ਵੇਚ ਕੇ ਅਸੀਂ ਤੁਹਾਡੀ ਮਤਲਬ ਭਰਪਾਈ ਕਰਾਵਾਂਗੇ। ਨੋਟਿਸ ਦਿੱਤੇ ਜਾ ਰਹੇ ਨੇ ਘਰਾਂ ਦੇ ਵਿੱਚ, ਸਾਡੀਆਂ ਬੀਬੀਆਂ ਜਿਹੜੀਆਂ ਹਰਿਆਣੇ ਚ ਬੈਠੀਆਂ ਨੇ ਉਹ ਸਾਡੇ ਪੂਰੇ ਦੇਸ਼ ਦੀਆਂ ਨੌਹਾਂ ਦੇਸ਼ ਦੀਆਂ ਧੀਆਂ ਨੇ, ਜਿਨ੍ਹਾਂ ਨੂੰ ਜਾ ਕੇ ਤੁਹਾਡੀ ਪੁਲਿਸ ਧਮਕਾ ਰਹੀ ਹੈ, ਪਤਾ ਨਹੀਂ ਕਿੰਨੀ ਕਿੰਨੀ ਬਦਸਲੂਕੀ ਕੀਤੀ ਜਾ ਰਹੀ ਉਹਨਾਂ ਨਾਲ। ਇਹ ਕਿਹੜਾ ਤਰੀਕਾ ਹੋ ਗਿਆ ਜੀ?
ਅੱਜ ਨੈੱਟ ਬੰਦ ਕਰਨ ਦਾ ਪ੍ਰੋਗਰਾਮ ਬਣਾ ਲਿਆ ਕਿ ਨੈੱਟ ਬੰਦ ਕਰ ਦਿਓ। ਇਹ ਜਿਹੜਾ ਤੁਸੀਂ ਨੈੱਟ ਬੰਦ ਕਰੋਗੇ, ਤੁਹਾਡੇ ਕੋਲ ਰਾਈਟ ਹੈ ਨੈੱਟ ਬੰਦ ਕਰਨ ਦਾ? ਲੋਕਾਂ ਨੂੰ ਤੁਸੀਂ ਸੁਵਿਧਾ ਦਿੱਤੀ ਹੈ ਨੈੱਟ ਦੀ, ਤਾਂ ਤੁਸੀਂ ਚੁੱਪ ਕਰਕੇ ਅੱਜ ਲੋਕਾਂ ਨੂੰ ਕੁੱਟਣ ਦੇ ਲਈ, ਲੋਕਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਔਰ ਆਪਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਨੈੱਟ ਬੰਦ ਕਰਕੇ ਬਹਿ ਗਈ ਸਰਕਾਰ। ਇਹ ਬਹੁਤ ਗਲਤ ਫੈਸਲਾ ਤੁਹਾਡਾ, ਬਹੁਤ ਗਲਤ ਚੱਲ ਰਹੀ ਹੈ ਸਰਕਾਰ। ਮੈਂ ਭਾਰਤ ਸਰਕਾਰ ਦੇ ਉਹਨਾਂ ਮੰਤਰੀਆਂ ਨੂੰ ਨਿਵੇਦਨ ਕਰਨਾ ਚਾਹੁੰਦਾ, ਮੇਰੀ ਬੇਨਤੀ ਹੈ ਕਿ ਗੱਲਬਾਤ ਲਈ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਲਬਾਤ ਲਈ ਕਰਨ ਲਈ ਆਉਣ ਨੂੰ ਤਿਆਰ ਹਾਂ, ਗੱਲਬਾਤ ਲਈ ਆਉਣਾ ਹੈ, ਫਿਰ ਪਹਿਲਾਂ ਇਹਨੂੰ ਹਰਿਆਣੇ ਦੇ ਹਾਲਾਤ ਤਾਂ ਸੁਧਾਰੋ, ਕਰ ਲਓ ਤੁਸੀਂ ਬੈਰੀਕੇਡਿੰਗ ਕਰ ਰਹੇ। ਜੇ ਤੁਹਾਨੂੰ ਤੁਹਾਡੇ ਕੋਲੋਂ ਕਿਸਾਨਾਂ ਦੀਆਂ ਗੱਲਾਂ ਦਾ ਸਾਹਮਣਾ ਨਹੀਂ ਹੁੰਦਾ, ਬੈਰੀਕੇਡਿੰਗ ਕਰ ਲਓ, ਪਰ ਉਹਨਾਂ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ, ਉਹਨਾਂ ਦਾ ਨੈੱਟ ਬੰਦ ਕਰਨਾ, ਕਿਧਰ ਲਈ ਜਾਵੇਦਾਰੀ ਹੈ? ਇਹ ਸਰਕਾਰ ਤੁਰੰਤ ਬੰਦ ਕਰੇ, ਨਹੀਂ ਤਾਂ ਸਰਕਾਰ ਇਹਦਾ ਮਤਲਬ ਇਹ ਸਮਝਿਆ ਜਾਏਗਾ ਕਿ ਕਿਸਾਨਾਂ ਨੂੰ ਉਕਸਾ ਕੇ, ਕਿਸਾਨਾਂ ਨੂੰ ਗੁੱਸਾ ਚੜਾ ਕੇ ਸਰਕਾਰ ਖੁਦ ਗੱਲਬਾਤ ਤੋਂ ਭੱਜਣਾ ਚਾਹੁੰਦੀ ਹੈ, ਇਹ ਤੋਂ ਸਪਸ਼ਟ ਹੁੰਦਾ। ਸੋ ਜੇਕਰ ਹਾਲਾਤ ਅਜਿਹੇ ਬਣਦੇ ਨੇ ਤਾਂ ਫਿਰ ਉਹਨਾਂ ਹਾਲਾਤਾਂ ਦੀ, ਅਗਰ ਕੱਲ ਨੂੰ ਕਿਸੇ ਤਰ੍ਹਾਂ ਦੇ ਹਾਲਾਤ ਖਰਾਬ ਹੁੰਦੇ ਆ ਤਾਂ ਉਹਨਾਂ ਹਾਲਾਤਾਂ ਦੀ ਜ਼ਿੰਮੇਵਾਰ ਖੱਟਰ ਸਰਕਾਰ ਹੋਏਗੀ। ਇਸ ਗੱਲ ਨੂੰ ਸਮਝ ਲੈ, ਸਰਕਾਰ ਨੂੰ ਸਮਝ ਲੈਣਾ ਚਾਹੀਦਾ। ਔਰ ਮੈਂ ਉਹਨਾਂ ਮੰਤਰੀ ਸਾਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿ ਇਹ 'ਤੇ ਕੰਟਰੋਲ ਕਰੋ, ਤੁਸੀਂ ਜੇਕਰ ਇਹ 'ਤੇ ਕੰਟਰੋਲ ਨਹੀਂ ਕਰੋਗੇ ਤਾਂ ਇਸ ਮਸਲੇ ਨੂੰ ਕਿਵੇਂ ਹੱਲ ਕਰਾਂਗੇ ਆਪਾਂ? ਸੋ ਦੁਬਾਰਾ ਫਿਰ ਮੇਰੀ ਬੇਨਤੀ ਹੈ ਕਿ ਇਹ ਸਾਰਾ ਵਰਤਾਰਾ ਬੰਦ ਕਰੇ ਸਰਕਾਰ, ਤਾਂ ਹੀ ਜਾ ਕੇ ਗੱਲਬਾਤ ਸੁਖਾਵੇਂ ਮਾਹੌਲ 'ਚ ਹੋ ਸਕਦੀ ਹੈ। ਬਹੁਤ ਬਹੁਤ ਧੰਨਵਾਦ।